होगी पेमेंट तो होगी मेरे सामने, मैं अभी आपको रिसिप्ट भेजी है शायद आपको, नहीं भेजी सर, कोई रिसिप्ट नहीं आई। मैं देख लेता हूँ, असल में मैं भी उलझ गया था थोड़ा, मेरे को वो पेमेंट जो थी ना वो हुई नहीं थी, दूसरे वाली 14 लाख रुपए वाली, आपके वाली पेमेंट तो हो गई थी, मैंने विवेक जी को भेज दिया था, विवेक जी ने कर दिया था। मैं देख लेता हूँ 27,453 पता नहीं 543 थे। मैं भेज देता हूँ, हाँ जी। मैं सुबह MLA साहब गुस्से हो रहे थे, उनको भी थोड़ा कर देना सेट, कहना 2 घंटे हो गए कल पैसे नहीं हुए। मैं कहूँ उनको भी थोड़ा सेट कर देना, MLA साहब को भी। आप स्क्रीनशॉट तो भेजिए नहीं सर, जेल पे अगर है तो बता दीजिए प्लीज, डोंट वेस्ट टाइम ना, अगर आप बात तो नेसेसरी हो गए लिख के तो बता दीजिए। डोंट वेस्ट टाइम मतलब आप तो आप अपना अकाउंट चेक कर लीजिए, आप अपना अकाउंट चेक कीजिए ना, आपके पास पेमेंट आ गई कि नहीं आ गई। नॉट माय अकाउंट सर, दिस इज यूनिवर्सिटी अकाउंट, नॉट माय अकाउंट प्लीज। ये मेरे को सवेरे एक फेक कॉल आई 8840-1824 ਤੋਂ, ਜਿਹਦੇ ਉੱਤੋਂ ਅਜੇ MLA ਆਫਿਸ ਲਿਖਿਆ ਹੋਇਆ ਸੀ, ਔਰ ਇਹਦੇ ਵਿੱਚ ਜੋ ਬੰਦਾ ਗੱਲ ਕਰ ਰਿਹਾ ਸੀ ਉਹ ਡਿਟੋ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਦੀ MLA ਸਾਹਿਬ ਦੀ ਮਿਮਿਕਰੀ ਕਰਕੇ ਬੋਲ ਰਿਹਾ ਸੀ, ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ PNB ਦਾ, ਉਹਦੇ 'ਚ ਭਰਨੀ ਹੈ। ਫੋਨ 'ਤੇ ਤਾਂ 27 ਲੱਖ ਸੁਣ ਰਿਹਾ ਸੀ ਪਰ 27,543 ਅਮਾਊਂਟ ਸੀ, ਠੀਕ ਹੈ ਜੀ। ਉਹ ਵਾਰ ਵਾਰ ਕਾਲ ਕਰਦਾ ਰਿਹਾ ਮੈਨੂੰ, ਔਰ ਮੈਂ ਇਹਦੀ ਇਨਫੋਰਮੇਸ਼ਨ ਕੁਲਤਾਰ ਜੀ ਨੂੰ ਵੀ ਦਿੱਤੀ, SSP ਸਾਹਿਬ ਨੂੰ ਵੀ ਦਿੱਤੀ। ਮੇਨ ਮੈਟਰ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਰੀ ਡਿਟੇਲ ਲੈ ਕੇ ਬੈਠਾ ਸੀ, ਜਗਸੀਰ ਸਿੰਘ ASI ਕੋਈ ਸਿਕਿਉਰਿਟੀ 'ਚ ਹੈ ਜਾਂ ਹੋਰ ਹੈ, ਵਿਪੁਲ ਕੋਈ ਉੱਥੇ ਹੈ, ਮਨੀ ਧਾਲੀਵਾਲ ਹੈ, ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ। ਮੈਨੂੰ ਕਹਿ ਰਿਹਾ ਕਿ ਪੈਸੇ ਟ੍ਰਾਂਸਫਰ ਕਰ ਦਿਉ ਔਰ ਕੈਸ਼ ਕੋਠੀ ਜਾ ਕੇ ਲੈ ਜਾਓ, ਆਪਾਂ ਇਕੱਠੇ ਬਹਿ ਕੇ ਚਾਹ ਪੀਂਦੇ ਹਾਂ। ਇਹ ਜਿਹੜਾ ਸਾਰਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਆਇਆ, ਤੁਹਾਨੂੰ ਕੀ ਲੱਗਦਾ ਵੀ ਇਹ ਕੀ ਫੇਕ ਹੈ ਜਾਂ ਕਿਸ ਦੀ ਆਵਾਜ਼ ਰਾਹੀਂ ਪੈਸੇ ਮਿਲਦੇ ਜਾਣਗੇ? ਨਹੀਂ, ਐਕਚੁਅਲੀ ਹੈ ਤਾਂ ਇਹ ਸਾਈਬਰ ਕ੍ਰਾਈਮ ਹੀ, ਇਹਦੇ 'ਚ ਮਤਲਬ ਲੋਕਾਂ ਨੂੰ ਠੱਗਣ ਦਾ ਤਰੀਕਾ ਹੀ ਹੈ, ਪਰ ਮੇਨ ਥਿੰਗ ਇਹ ਹੈ ਕਿ ਆਮ ਲੋਕ ਜੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਦੀ ਆਵਾਜ਼ ਸੁਣਨਗੇ ਤਾਂ ਸ਼ਾਇਦ ਜੋ ਅਵੇਅਰਡ ਨਹੀਂ ਹੈ ਉਹ ਪੈਸੇ ਦੇਣ ਲਈ ਰਾਜ਼ੀ ਹੋ ਜਾਏਗਾ, ਦੇ ਦੇਗਾ, ਫਸ ਜਾਏਗਾ ਉਹ। ਮੇਰੀ ਪ੍ਰਸ਼ਾਸਨ ਅੱਗੇ ਇਹੀ ਗੁਹਾਰ ਹੈ ਕਿ ਜਿਹੜਾ ਇਹ ਅਕਾਊਂਟ ਨੰਬਰ ਹੈ ਇਹਨੂੰ ਜਲਦੀ ਜਲਦੀ ਫਰੀਜ਼ ਕਰਾ ਕੇ ਅਤੇ ਇਸ ਦੇ ਵਿੱਚ ਜੋ ਡਿਟੇਲ ਵਾਲਾ ਬੰਦਾ ਉਹਨੂੰ ਪਕੜਿਆ ਜਾਵੇ, ਠੀਕ ਹੈ, ਤਾਂ ਕਿ ਗੁਨਾਹਗਾਰ ਲੋਕਾਂ ਦੇ ਸਾਹਮਣੇ ਹੋਣ, ਕਾਨੂੰਨ ਦੇ ਸਾਹਮਣੇ ਹੋਣ। ਇਹਦੀ ਸ਼ਿਕਾਇਤ ਕੀਤੀ ਗਈ SSP ਸਾਹਿਬ ਨਾਲ, ਮਾਨਯੋਗ SSP ਸਾਹਿਬ ਨਾਲ ਮੈਂ ਉਸੇ ਵੇਲੇ ਇਹ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਦੇ ਉੱਤੇ ਬਣਦੀ ਕਾਰਵਾਈ ਵੀ ਸ਼ੁਰੂ ਕਰਤੀ ਸੀ, ਮੇਰੇ ਨਾਲ ਉਹਨਾਂ ਗੱਲ ਵੀ ਕੀਤੀ ਹੈ ਸਰਦਾਰ ਹਰਜੀਤ ਸਿੰਘ ਜੀ ਨੇ, ਔਰ ਮੇਰੇ ਖਿਆਲ ਅਕਾਊਂਟ ਵਗੈਰਾ ਫਰੀਜ਼ ਹੋ ਗਿਆ। ਇੱਕ ਰਾਜਨ ਕੁਮਾਰ ਹੈਗੇ ਨੇ ਕੋਟਪੁਰਾ ਦੇ, ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ ਕਿ ਉਹਨਾਂ ਕੋਲ ਇੱਕ ਫੋਨ ਆਇਆ ਵਟਸਐਪ ਕਾਲ ਜਿਹਦੇ ਵਿੱਚ 3 ਲੜਕੇ ਦੂਸਰੀ ਸਾਈਡ ਤੋਂ ਬੋਲ ਰਹੇ ਸੀ, ਜਿਸ ਨੇ ਇੱਕ ਨੇ ਆਪਣਾ ਨਾਮ ਅਜੇ ਰਾਏ ਦੱਸਿਆ, ਦੂਸਰੇ ਨੇ ਵਿਪੁਲ ਦੱਸਿਆ, ਔਰ ਜੋ ਤੀਸਰਾ ਸੀਗਾ ਉਹ ਆਪਣੀ ਆਵਾਜ਼ ਦੀ ਨਕਲ ਕੁਲਤਾਰ ਸੰਧਵਾ ਸਰ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਕਿ ਜੈਨ ਤੂੰ ਮੇਰੇ ਬੇਟੇ ਦੀ ਫੀਸ ਭਰ ਦੇ ਅਤੇ ਮੇਰੇ ਘਰ ਆ ਕੇ ਪੈਸੇ ਲੈ ਜਾਈਂ, ਰਾਈਟ। ਤਾਂ ਉਹ ਜਿਹੜੇ ਰਾਜਨ ਕੁਮਾਰ ਜੀ ਨੇ ਉਹਨਾਂ ਨੂੰ ਬਾਈ ਚਾਂਸ ਸ਼ੱਕ ਹੋਇਆ, ਤਾਂ ਉਹਨਾਂ ਨੇ ਸੰਧਵਾ ਸਾਹਿਬ ਦੇ ਨਾਲ ਟਾਈ ਅਪ ਕੀਤਾ ਪਹਿਲਾਂ ਉਹਨਾਂ ਦੇ ਕੀ ਇਹਦਾ, ਫਿਰ ਉਹ ਨਹੀਂ ਗੱਲ ਹੋਈ ਤਾਂ ਸੰਧਵਾ ਸਾਹਿਬ, ਤਾਂ ਸੰਧਵਾ ਸਾਹਿਬ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਨਹੀਂ ਕੀਤੀ, ਤਾਂ ਉੱਥੋਂ ਉਹਨਾਂ ਨੇ ਉਹਨੂੰ ਸ਼ੱਕ ਹੋਇਆ ਵੀ ਇਹ ਜਿਹੜੀ ਹੈਗੀ ਹੈ ਵਟਸਐਪ ਕਾਲ 'ਤੇ ਮੇਰੇ ਨਾਲ ਜਿਹੜੀ ਹੈਗੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ।
ਔਰ ਆਪਾਂ ਦੇਖਦੇ ਹਾਂ ਕਿ ਆਮ ਤੌਰ 'ਤੇ ਬੜਾ ਅੱਜ ਕੱਲ੍ਹ ਚੱਲ ਰਿਹਾ ਵਟਸਐਪ ਕਾਲ 'ਤੇ ਜਾਂ ਹੋਰ ਲੋਕ ਠੱਗੀਆਂ ਮਾਰ ਲੈਂਦੇ ਆ, ਅਤੇ ਉਹਨੇ ਆਪਦਾ ਅਕਾਊਂਟ ਨੰਬਰ ਵੀ ਦਿੱਤਾ ਕਿ ਇਸ ਅਕਾਊਂਟ 'ਚ ਪੈਸੇ ਪਵਾ ਦਿਓ। ਲੇਕਿਨ ਰਾਜਨ ਕੁਮਾਰ ਜੀ ਸਿਆਣੇ ਨਿਕਲੇ, ਇਹਨਾਂ ਨੇ ਨਹੀਂ ਪੈਸੇ ਪਾਏ ਅਕਾਊਂਟ ਤੋਂ ਪਹਿਲਾਂ, ਇਹਨਾਂ ਨੇ ਕਨਫਰਮ ਕੀਤਾ, ਵਧੀਆ ਕੀਤਾ, ਵਧੀਆ ਕੀਤਾ। ਅਤੇ ਇਹਨਾਂ ਨੂੰ ਲੱਗ ਵੀ ਗਿਆ ਵੀ ਇਹ ਕੋਈ ਲਾਈਕ ਇਹਨਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਕਰਕੇ ਇਹਨਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਹੈ। ਉਹ ਕੰਪਲੇਂਟ ਦੀ ਇਨਕੁਆਇਰੀ ਹਜੇ ਚੱਲ ਰਹੀ ਹੈ। ਫਿਲਹਾਲ ਪ੍ਰਾਇਮਰੀ ਸਟੇਜ 'ਤੇ ਹਜੇ ਤੱਕ ਅਕਾਊਂਟ ਨੰਬਰ ਹੀ ਹੈ ਸਾਡੇ ਕੋਲ, ਜਿਸ ਤੋਂ ਥੋੜ੍ਹਾ ਜਿਹਾ ਪਤਾ ਲੱਗੇ ਵੀ ਸ਼ਾਇਦ ਇਹ ਅਕਾਊਂਟ ਤਾਂ ਉਹ ਫਾਜ਼ਿਲਕਾ ਦਾ। ਲੇਕਿਨ ਅਜੇ ਕਿਉਂਕਿ ਕੰਪਲੇਂਟ ਜਸਟ ਆਈ ਹੈ, ਇਹਨੂੰ ਡੂੰਘਾਈ ਨਾਲ ਤਫਤੀਸ਼ ਕਰਾਂਗੇ, ਫਿਰ ਪਤਾ ਲੱਗੇਗਾ ਕਿ ਵੈਦਰ ਇਹ ਕੋਈ ਗਰੁੱਪ ਹੈ ਜਾਂ ਕੋਈ ਇਕੱਲੇ ਦੋ ਤਿੰਨ ਲੜਕੇ ਮਿਲ ਕੇ ਠੱਗੀਆਂ ਮਾਰਨ ਦੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹੈ, ਇਹ ਬਾਅਦ ਤਫਤੀਸ਼ ਪਤਾ ਲੱਗੇਗਾ। ਲੇਕਿਨ ਇੱਥੇ ਰਾਜਨ ਕੁਮਾਰ ਜੀ ਦੀ ਸਿਆਣਪ ਵੀ ਰਹੀ ਕਿ ਉਹ ਇਸ ਤਰ੍ਹਾਂ ਦੀ ਠੱਗੀ 'ਚ ਨਹੀਂ ਪਏ। ਆਪਾਂ ਰੂਟੀਨ 'ਚ ਹੀ ਦੇਖਦੇ ਹਾਂ ਕਿ ਲੋਕ ਆਮ ਤੌਰ 'ਤੇ ਠੱਗੀਆਂ 'ਚ ਫਸ ਜਾਂਦੇ ਆ, ਔਰ ਇੱਥੇ ਸਾਹਮਣੇ ਵਾਲੇ ਬੰਦਿਆਂ ਨੇ ਇਹ ਵੀ ਥੋੜ੍ਹੀ ਜਿਹੀ ਫਸਾਉਣ ਦੀ ਕੋਸ਼ਿਸ਼ ਵੀ 30,000 ਰੁਪਏ ਦੇ ਨੇੜੇ ਦੀ ਅਮਾਊਂਟ ਮੰਗੀ, ਜਿੱਥੇ ਕਿ ਅਗਲਾ ਕਾਮਨਲੀ ਸੋਚ ਲੈਂਦਾ ਵੀ ਚਲੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਭਰ ਦਿੰਦਾ, ਅਤੇ ਨਾਲ ਸਪੀਕਰ ਸਾਹਿਬ ਕਹਿ ਰਹੇ ਆ ਵੀ ਮੇਰੇ ਕੋਲ ਭਰਿਆ ਜੇ ਫੜ ਲਈ ਆ। ਰਾਜਨ ਕੁਮਾਰ ਇਹ ਵੀ ਸੋਚ ਸਕਦੇ ਸੀ ਚਲੋ ਸਪੀਕਰ ਸਾਹਿਬ ਨੇ ਛੋਟਾ ਜਿਹਾ ਕੰਮ ਕਿਹਾ, ਉਹਨਾਂ ਦੀ ਫੀਸ ਭਰ ਦਿੰਦੇ ਹਾਂ ਘਰੇ ਆ ਕੇ ਸਪੀਕਰ ਸਾਹਿਬ ਤੋਂ ਪੈਸੇ ਲੈ ਲਾਂਗੇ। ਲੇਕਿਨ ਬੜੀ ਸਿਆਣਪ ਵਾਲੀ ਗੱਲ ਸੀ ਇੱਥੇ ਇਹਨਾਂ ਦੀ ਕਿ ਇਹਨਾਂ ਨੇ ਪਹਿਲਾਂ ਕਨਫਰਮ ਕਰ ਲਿਆ, ਕਨਫਰਮ ਕੀਤਾ ਤਾਂ ਪਤਾ ਲੱਗ ਗਿਆ ਵੀ ਇਹ ਫੇਕ, ਕਿਸੇ ਨੇ ਠੱਗੀ ਮਾਰਨ ਦੀ ਕੋਸ਼ਿਸ਼। ਚਲੋ ਅਸੀਂ ਪੁਲਿਸ ਡਿਪਾਰਟਮੈਂਟ ਵੀ ਇਹ ਚਾਹੁੰਦਾ ਕਿ ਲੋਕ ਆਪਣੇ ਲੈਵਲ 'ਤੇ ਵੀ ਸਿਆਣੇ ਰਹਿਣ, ਨਾ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਵੇਂ ਰਾਜਨ ਕੁਮਾਰ ਜੀ ਨੇ ਸਿਆਣਪ ਕੀਤੀ ਹੈ ਕਿ ਟ੍ਰਾਂਜੈਕਸ਼ਨ ਕਰਨ ਤੋਂ ਪਹਿਲਾਂ ਕਨਫਰਮ ਕਰ ਲਿਆ ਕਿ ਵਾਕਈ ਉਹਨਾਂ ਨੇ ਮੈਨੂੰ ਇਹ ਡਿਊਟੀ ਲਾਈ ਹੈ ਜਾਂ ਨਹੀਂ ਲਾਈ। ਪਬਲਿਕ ਨੂੰ ਅੱਜ ਕੱਲ੍ਹ ਚਾਹੀਦਾ, ਕਿਉਂਕਿ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਵੱਧ ਰਹੀ ਹੈ, ਸੋਸ਼ਲ ਮੀਡੀਆ ਵੱਧ ਰਿਹਾ, ਸੋਸ਼ਲ ਮੀਡੀਆ ਦਾ ਯੂਜ਼ ਵੱਧ ਰਿਹਾ, ਤਾਂ ਆਮ ਤੌਰ 'ਤੇ ਇਹੋ ਜਿਹੀਆਂ ਫੇਕ ਕਾਲਾਂ ਲੋਕਾਂ ਨੂੰ ਆਉਂਦੀਆਂ, ਔਰ ਲੋਕ ਜਦੋਂ ਠੱਗੇ ਜਾਂਦੇ ਆ ਫਿਰ ਪੁਲਿਸ ਕੋਲ ਆਉਂਦੇ ਆ, ਔਰ ਇਹ ਤਫਤੀਸ਼ ਬੜੀ ਲੰਬੀ ਚਲੀ ਜਾਂਦੀ ਹੈ। ਬਿਕੋਜ਼ ਜਿਹੜਾ IP ਐਡਰੈਸ ਹੁੰਦਾ ਮੈਕਸੀਮਮ ਚੀਜ਼ਾਂ ਤੋਂ US ਵਗੈਰਾ ਤੋਂ ਹੁੰਦਾ, ਲੇਕਿਨ ਫਿਰ ਵੀ ਸਾਡਾ ਸਾਈਬਰ ਨਹੀਂ, ਫਿਲਹਾਲ ਅਸੀਂ ਪਹਿਲਾਂ ਤਫਤੀਸ਼ ਕਰ ਰਹੇ ਹਾਂ, ਮੁਕੱਦਮਾ ਜਸਟ ਕੰਪਲੇਂਟ ਆਈ ਹੈ, ਅਸੀਂ ਮੁਕੱਦਮਾ ਅਨਨੋਨ ਦੇ ਖਿਲਾਫ ਕਰਨ ਤੋਂ ਪਹਿਲਾਂ ਇਹ ਚਾਹੁੰਦੇ ਹਾਂ ਵੀ ਸ਼ਾਇਦ ਸਾਨੂੰ ਬਾਈ ਨੇਮ ਕ੍ਰਿਮੀਨਲ ਦਾ ਪਤਾ ਲੱਗ ਜਾਵੇ, ਪ੍ਰਾਇਮਰੀ ਸਟੇਜ 'ਤੇ ਇਨਕੁਆਇਰੀ ਕਰਕੇ ਫਿਰ ਅਸੀਂ ਇਹਦਾ ਮੁਕੱਦਮਾ ਦਰਜ ਕਰਕੇ ਅੱਗੇ ਤਫਤੀਸ਼ ਕਰਾਂਗੇ।